किसानों द्वारा पराली को आग के हवाले करने से लोगों की सेहत और खेतों की मिट्टी को पहुंचने वाले नुकसान रोकने हेतु गढ़वासियों ने हल ढूंढ निकाला है। हालांकि इस प्रक्रिया के तहत धान की फसल की पराली को इस्तेमाल में लाया जाएगा। पंजाब दे विच झोने की पराली नूं संभल संभाल की समस्या बहुत गंभीर है। अज की तरीक दे विच बहुत सारी पराली नूं साड़िया जांदा जिहदे नाल एनवायरमेंटल पोल्यूशन भी हुंदी है, जमीन भी खराब हुंदी है, लोगों की सेहत के उत्ते भी असर पैंदा है। गुरु अंगद देव वैटनरी एंड एनिमल साइंसिज यूनिवर्सिटी ने एक उपराला करके दो होर प्राइवेट फर्मां नूं रोप इन करके एक इनीशिएटिव लिया है जिहदे विच असीं रिसर्च एंड डिवेलप करांगे जिहदे नाल जिहड़ी पराली है ਉਹ ਪੈਲਟ ਫਾਰਮ ਦੇ ਵਿੱਚ ਜਾਏਗੀ। ਉਹ ਪੈਲਟ ਜਿਹਦੀ ਨਿਊਟ੍ਰੀਟਿਵ ਵੈਲਿਊ ਵੀ ਬਹੁਤ ਵਧੀਆ ਹੋਏਗੀ, ਐਨੀਮਲ ਨੂੰ ਅਕਸੈਪਟੇਬਲ ਵੀ ਹੋਏਗੀ ਔਰ ਡਾਈਜੈਸਟੇਬਲ ਵੀ ਹੋਏਗੀ ਔਰ ਉਹਦੀ ਟਰਾਂਸਪੋਰਟੇਸ਼ਨ ਵੀ ਬਹੁਤ ਈਜ਼ੀ ਹੋ ਜਾਏਗੀ। ਜਦੋਂ ਇਹ ਪੈਲਟ ਤਿਆਰ ਹੋ ਜਾਣਗੀਆਂ ਤੇ ਜਿਹੜੀਆਂ ਹੋਰ ਕੰਪਨੀਆਂ ਅਸੀਂ ਰੋਪਿੰਗ ਕੀਤੀਆਂ ਆਪਣੇ ਨਾਲ ਲਾਈਆਂ ਆ, ਉਹ ਕੰਪਨੀਆਂ ਇਹਨੂੰ ਮਾਸ ਲੈਵਲ ਦੇ ਉੱਤੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪ੍ਰੋਡਿਊਸ ਕਰਨਗੀਆਂ। ਪੰਜਾਬ ਦੀ 20 ਮਿਲੀਅਨ ਟਨ ਪਰਾਲੀ ਜਿਹੜੀ ਹੈ ਉਹਦੇ ਚੋਂ 15 ਮਿਲੀਅਨ ਟਨ ਦੇ ਉਨ੍ਹਾਂ ਨੇ ਪੈਲਟ ਬਣਾਉਣ ਦਾ ਟੀਚਾ ਲਿਆ ਆ, ਜਿਹਦੇ ਚੋਂ ਅੱਧੀ ਤਕਰੀਬਨ ਪੈਲਟ ਇਹੋ ਜਿਹੀਆਂ ਹੋਣਗੀਆਂ ਜਿਨ੍ਹਾਂ ਨੂੰ ਬਰਨ ਕੀਤਾ ਜਾਊਗਾ ਐਜ਼ ਕੋਲ, ਉਥੋਂ ਐਨਰਜੀ ਪ੍ਰੋਡਿਊਸ ਕੀਤੀ ਜਾਏਗੀ। ਜਿਹੜੀਆਂ ਬਾਕੀ ਦੀਆਂ ਤਕਰੀਬਨ 10 ਮਿਲੀਅਨ ਟਨ ਪਰਾਲੀ ਹੈ ਉਹਦੀਆਂ ਫੀਡ ਪੈਲਟ ਬਣਾਵਾਂਗੇ। ਉਹ ਜਿਹੜੀ ਫੀਡ ਹੋਏਗੀ ਉਹ ਅਸੀਂ ਇੰਡੀਆ ਦੇ ਵਿੱਚ ਵੀ ਉਹਨੂੰ ਸੇਲ ਹੋਏਗੀ, ਉਹ ਕੰਪਨੀ ਸੇਲ ਕਰੇਗੀ ਤੇ ਉਹਦੀ ਐਕਸਪੋਰਟ ਪੋਟੈਂਸ਼ੀਅਲ ਵੀ ਹੋਏਗੀ। ਜਿਹੜੀ ਇਹ ਫਰਮ ਹੈਗੀ ਹੈ ਜਿਹਨੇ ਇਹ ਮੇਜਰ ਕੰਮ ਕਰਨਾ ਆ ਉਹ ਇੱਕ ਸਬਸਿਡੀਰੀ ਹੈਗੀ ਹੈ ਇੱਕ ਮਿਡਲ ਈਸਟ ਗਰੁੱਪ ਦੀ। ਜਿਹੜਾ ਮਿਡਲ ਈਸਟ ਗਰੁੱਪ ਆ ਉਹਨਾਂ ਨੇ ਇਹ ਟੀਚਾ ਲਿਆ ਆ ਕਿ ਇੱਥੋਂ ਮਾਲ ਪ੍ਰੋਡਿਊਸ ਹੋ ਕੇ ਉਥੇ ਕਤਰ ਦੇ ਵਿੱਚ ਜਾਂ ਬਾਕੀ ਮਿਡਲ ਈਸਟ ਕੰਟਰੀ ਜਾਊਗਾ ਐਜ਼ ਐਨੀਮਲ ਫੀਡ। ਜਾਗਤੀ ਲੜਕੇ ਲਈ ਲੁਧਿਆਣਾ ਸੇ ਸੁੰਦਰ ਅਰੋੜਾ ਕੀ ਰਿਪੋਰਟ।